ਤੁਸੀਂ ਪ੍ਰੀਮੀਅਰ ਤੇ ਪਹੁੰਚੋ ਕਿਦਾਂ ਕੀ ਕਹਿਣਾ ਚਾਹੋਗੇ ਸੰਸਾਰ ਦੀ ਫਿਲਮ ਫਾਈਨਲੀ ਰਿਲੀਜ਼ ਹੋ ਰਹੀ ਹੈ ਮੇਰੇ ਭਰਾ ਦੀ ਮੂਵੀ ਆਈ ਹੈ ਮੈਂ ਭਰਾਵਾਂ ਦੇ ਪ੍ਰੀਮੀਅਰ ਤੇ ਪਹੁੰਚਦਾ ਹੋਰ ਤਾਂ ਮੈਂ ਕਿਸੇ ਪਾਸੇ ਜਾਂਦਾ ਨਹੀਂ ਅਸੀਂ ਚਾਹੁੰਦੇ ਤੁਹਾਡੇ ਪ੍ਰੀਮੀਅਰ ਤੇ ਅਸੀਂ ਵੀ ਛੇਤੀ ਆਈਏ ਕੀ ਪਲੈਨਿੰਗ ਹੈ ਅਜੇ ਤਾਂ ਨਹੀਂ ਕੋਈ ਪਲੈਨਿੰਗ ਨਹੀਂ ਉਸਤਾਦ ਜੀ ਕਹਿਣਗੇ ਫੇਰ ਫੇਰ ਜੀ ਤਾਂ ਦੇਖ ਸਕਦੇ ਹਾਂ ਕਿ ਕਦੀ ਜੀ ਖਾਨ ਤੇ ਗੈਰੀ ਸੰਧੂ ਇਕੱਠੇ ਫਿਲਮ ਤੇ ਆ ਰਹੇ ਨੇ ਜੀ ਪੱਕਾ ਇਨਸ਼ਾਅੱਲਾ ਉਸਤਾਦ ਉਸਤਾਦ ਜੀ ਕੁਝ ਐਸਾ ਕਹਿ ਰਹੇ ਨੇ ਕਿ ਜੀ ਖਾਨ ਪਲੈਨਿੰਗ ਕਰਦੇ ਹਾਂ ਬਈ ਆਪਾਂ ਕੋਈ ਫਿਲਮ ਇਕੱਠੇ ਰਲ ਕੇ ਭਰਾਤਾ ਕਰਦੇ ਹਾਂ ਤੇ ਕਰੀ ਜਾਂਦੇ ਹਾਂ ਵੀ ਆਰ ਵੈਰੀ ਐਕਸਾਈਟਿਡ ਕਿ ਨੈਕਸਟ ਕੋਲੈਬ ਕਦੋਂ ਆ ਰਿਹਾ ਗੈਰੀ ਦੇ ਨਾਲ ਐਂਡ ਕੀ ਪਲੈਨਿੰਗ ਨੇ ਕਿਦਾਂ ਐਗਜ਼ੀਕਿਊਸ਼ਨ ਚੱਲ ਰਿਹਾ ਹੈ ਭਈ ਜਿੰਨਾ ਚਿਰ ਮੈਂ ਮਿਲਿਆ ਨਹੀਂ ਬਹੁਤ ਟਾਈਮ ਹੋ ਗਿਆ 2.5 ਸਾਲ ਹੋ ਗਏ ਮੈਂ ਇੰਡੀਆ ਬਾਈ ਬਾਹਰ ਆ ਓਕੇ ਤੇ ਜਿੰਨਾ ਚਿਰ ਮਿਲਦੇ ਨਹੀਂ ਉਹਨਾਂ ਚਿਰ ਹਜੇ ਪਲਾਨ ਨਹੀਂ ਬੰਦਾ ਅਵਤਾਰ ਦਾ ਕੀ ਹਾਲ ਹੈ ਅਵਤਾਰ ਬਹੁਤ ਵਧੀਆ ਅੱਛਾ ਹੁਣ ਬੋਲਣ ਲੱਗ ਗਿਆ ਨਹੀਂ ਬੋਲਦਾ ਹਜੇ ਥੋੜਾ ਘੱਟ ਆ ਮੰਮੀ ਪਾਪਾ ਕਹਿੰਦਾ ਚਾਚੂ ਨਹੀਂ ਕਹਿੰਦਾ ਹਜੇ ਚਾਚੂ ਨਹੀਂ ਕਹਿੰਦਾ ਹਜੇ ਪਹਿਲੀ ਕਿਹੜੀ ਚੀਜ਼ ਅਵਤਾਰ ਨੂੰ ਸਿਖਾਣੀ ਹੈ ਜਦੋਂ ਉਹਦੇ ਨਾਲ ਉਹਨੇ ਬੋਲਣਾ ਸ਼ੁਰੂ ਕੀਤਾ ਕੀ ਸੋਚਿਆ ਹੋਇਆ ਉਹ ਸਾਲ ਆਉਣਾ ਸਿਖਾਉਣਾ ਸਾ ਸਰੀਲਾ ਬਣਾਉਣਾ ਵੀ ਆਰ ਐਕਸਾਈਟਿਡ ਟੂ ਨੋ ਕਿ ਐਨੀ ਪਲੈਨਿੰਗ ਕਿ ਜੀ ਖਾਨ ਮੁੜ ਕੇ ਖਾਨ ਸਾਹਿਬ ਜੀ ਖਾਨ ਤੇ ਗੈਰੀ ਸੰਧੂ ਕੁਝ ਕਲੈਬ ਕਰ ਰਹੇ ਨੇ ਹਾਂ ਚੱਲੀ ਜਾਂਦੀ ਗੱਲ ਚੱਲੀ ਜਾਂਦੀ ਹੋ ਜੂਗੀ ਜਲਦੀ ਹੁਣ ਡੂ ਇਟ ਦਾ ਟ੍ਰੈਂਡ ਚੱਲ ਰਿਹਾ ਡੂ ਇਟ ਤੁਹਾਡੇ ਆ ਰਹੇ ਨੇ ਹੋਰ ਨੈਕਸਟ ਕੀ ਕਰ ਰਹੇ ਹੋ ਐਲਬਮ ਆ ਰਹੀ ਜੀ ਜਲਦੀ ਹੋ ਗਏ ਗਾਣੇ 6-7 ਰੈਡੀ ਹੋ ਗਏ ਬਾਕੀ ਅੱਛਾ ਡੂ ਇਟ ਵੀ ਹੈ ਹੋਣਗੇ ਜੀ ਬਹੁਤ ਕਿਹੜੇ ਕਿਹੜੇ ਸਿੰਗਰ ਨਾਲ ਜੈਸਮੀਨ ਨਾਲ ਆ ਇੱਕ ਕੁੜੀ ਨਵੀਂ ਆ ਰਜ਼ਾ ਹੀਰ ਸੋ ਜੀ ਖਾਨ ਫਾਈਨਲੀ ਤੁਸੀਂ ਪ੍ਰੀਮੀਅਰ ਤੇ ਪਹੁੰਚੋ ਕਿਦਾਂ ਕੀ ਕਹਿਣਾ ਚਾਹੋਗੇ ਸੰਸਾਰ ਦੀ ਫਿਲਮ ਫਾਈਨਲੀ ਰਿਲੀਜ਼ ਹੋ ਰਹੀ ਹੈ ਪਹਿਲਾਂ ਤਾਂ ਮੁਬਾਰਕਾਂ ਭਰਾ ਨੂੰ ਬਹੁਤ ਬਹੁਤ ਮੇਰੇ ਭਰਾ ਦੀ ਮੂਵੀ ਆਈ ਹੈ ਮੈਂ ਭਰਾਵਾਂ ਦੇ ਪ੍ਰੀਮੀਅਰ ਤੇ ਪਹੁੰਚਦਾ ਹੋਰ ਤਾਂ ਮੈਂ ਕਿਸੇ ਪਾਸੇ ਜਾਂਦਾ ਨਹੀਂ ਅਸੀਂ ਚਾਹੁੰਦੇ ਤੁਹਾਡੇ ਪ੍ਰੀਮੀਅਰ ਤੇ ਅਸੀਂ ਵੀ ਛੇਤੀ ਆਈਏ ਕੀ ਪਲੈਨਿੰਗ ਹੈ ਹਜੇ ਤਾਂ ਨਹੀਂ ਕੋਈ ਪਲੈਨਿੰਗ ਨਹੀਂ ਉਸਤਾਦ ਜੀ ਕਹਿਣਗੇ ਫੇਰ ਫੇਰ ਜੀ ਸੋ ਦੇਖ ਸਕਦੇ ਹਾਂ ਕਿ ਕਦੀ ਜੀ ਖਾਨ ਤੇ ਗੈਰੀ ਸੰਧੂ ਇਕੱਠੇ ਫਿਲਮ ਤੇ ਆ ਰਹੇ ਨੇ ਜੀ ਪੱਕਾ ਇਨਸ਼ਾਅੱਲਾ ਉਸਤਾਦ ਜੀ ਕੁਝ ਐਸਾ ਕਹਿ ਰਹੇ ਨੇ ਕਿ ਜੀ ਖਾਨ ਪਲੈਨਿੰਗ ਕਰਦੇ ਹਾਂ ਬਈ ਆਪਾਂ ਕੋਈ ਫਿਲਮ ਇਕੱਠੇ ਰਲ ਕੇ ਭਰਾਤਾ ਕਰਦੇ ਹਾਂ ਤੇ ਕਰੀ ਜਾਂਦੇ ਹਾਂ ਆ ਜਾ ਓਕੇ ਓਕੇ ਇਹ ਮੇਰਾ ਭਾਣਜਾ ਓਕੇ ਤੇ ਵੇ ਚਾਚੂ ਦੀ ਫਿਲਮ ਦੇਖਣਾ ਚਾਹੁੰਦੇ ਹੋ ਮਾਮੇ ਦੀ ਮਾਮੇ ਦੀ ਅੱਛਾ ਮਾਮੇ ਨੇ ਰਖੜੀ ਦਾ ਕੀ ਗਿਫਟ ਦਿੱਤਾ ਗਿਫਟ ਫਿਲਮ ਲਗਾ ਲੈ ਓ ਗਿਫਟ ਨਹੀਂ ਦਿੱਤਾ ਨਹੀਂ ਤਾਂ ਬਹੁਤ ਕੁਝ ਦਿੱਤਾ ਕਰ ਨਾ ਘਰ ਜਾ ਕੇ ਦੱਸ ਓਕੇ ਵੈਲਕਮ ਪੂਰੀ ਫੈਮਿਲੀ ਨਾਲ ਅੱਛਾ ਹਰਫ ਦੇਖਣ ਆਏ ਹੈਗੇ ਅਜੀ ਹਨ ਵੀ ਆਰ ਵੈਰੀ ਐਕਸਾਈਟਿਡ ਕਿ ਨੈਕਸਟ ਕੋਲੈਬ ਕਦੋਂ ਆ ਰਿਹਾ ਗੈਰੀ ਦੇ ਨਾਲ ਐਂਡ ਕੀ ਪਲੈਨਿੰਗ ਨੇ ਕਿਦਾਂ ਐਗਜ਼ੀਕਿਊਸ਼ਨ ਚੱਲ ਰਹੀ ਹੈ ਹੈ ਜਿੰਨਾ ਚਿਰ ਮੈਂ ਮਿਲਿਆ ਨਹੀਂ ਬਹੁਤ ਟਾਈਮ ਹੋ ਗਿਆ 2.5 ਸਾਲ ਹੋ ਗਏ ਮੈਂ ਇੰਡੀਆ ਬਾਈ ਬਾਹਰ ਆ ਓਕੇ ਤੇ ਜਿੰਨਾ ਚਿਰ ਮਿਲਦੇ ਨਹੀਂ ਉਹਨਾਂ ਚਿਰ ਹਜੇ ਪਲਾਨ ਨਹੀਂ ਬੰਦਾ ਕੁਝ ਅਵਤਾਰ ਦਾ ਕੀ ਹਾਲ ਹੈ ਅਵਤਾਰ ਬਹੁਤ ਵਧੀਆ ਅੱਛਾ ਹੁਣ ਬੋਲਣ ਲੱਗ ਗਿਆ ਨਹੀਂ ਬੋਲਦਾ ਹਜੇ ਥੋੜਾ ਘੱਟ ਆ ਮੰਮੀ ਪਾਪਾ ਕਹਿੰਦਾ ਚਾਚੂ ਨਹੀਂ ਕਹਿੰਦਾ ਹਜੇ ਚਾਚੂ ਨਹੀਂ ਕਹਿੰਦਾ ਹਜੇ ਅੱਛਾ ਪਹਿਲੀ ਕਿਹੜੀ ਚੀਜ਼ ਅਵਤਾਰ ਨੂੰ ਸਿਖਾਣੀ ਹੈ ਜਦੋਂ ਉਹਦੇ ਨਾਲ ਉਹਨੇ ਬੋਲਣਾ ਸ਼ੁਰੂ ਕੀਤਾ ਕੀ ਸੋਚਿਆ ਹੋਇਆ ਉਹ ਸਾਲ ਆਉਣਾ ਸਿਖਾਉਣਾ ਸਾ ਸਰੀਲਾ ਬਣਾਉਣਾ ਅੱਛਾ ਤੇ ਅਸੀਂ ਵੀ ਚਾਹੁੰਦੇ ਕਿ ਟ੍ਰਾਇਓ ਜਿਹੜਾ ਨਾ ਅਵਤਾਰ ਗੈਰੀ ਤੇ ਜੀ ਖਾਨ ਸਾਨੂੰ ਸਟੇਜ ਤੇ ਮਿਲਣ ਤੇ ਵੀ ਆਰ ਐਕਸਾਈਟਿਡ ਟੂ ਨੋ ਕਿ ਐਨੀ ਪਲੈਨਿੰਗ ਕਿ ਜੀ ਖਾਨ ਮੁੜ ਕੇ ਖਾਨ ਸਾਹਿਬ ਜੀ ਖਾਨ ਤੇ ਗੈਰੀ ਸੰਧੂ ਕੁਝ ਕਲੈਬ ਕਰ ਰਹੇ ਨੇ ਹਾਂ ਚੱਲੀ ਜਾਂਦੀ ਗੱਲ ਚੱਲੀ ਜਾਂਦੀ ਹੋ ਜੂਗੀ ਜਲਦੀ ਹੁਣ ਡੂ ਇਟ ਦਾ ਟ੍ਰੈਂਡ ਚੱਲ ਰਿਹਾ ਡੂ ਇਟ ਤੁਹਾਡੇ ਆ ਰਹੇ ਨੇ ਹੋਰ ਨੈਕਸਟ ਕੀ ਕਰ ਰਹੇ ਹੋ ਐਲਬਮ ਆ ਰਹੀ ਜੀ ਜਲਦੀ ਹੋ ਗਏ ਗਾਣੇ 6-7 ਰੈਡੀ ਹੋ ਗਏ ਬਾਕੀ ਅੱਛਾ ਡੂ ਇਟ ਵੀ ਹੈ ਹੋਣਗੇ ਜੀ ਬਹੁਤ ਕਿਹੜੇ ਕਿਹੜੇ ਸਿੰਗਰ ਨਾਲ ਜੈਸਮੀਨ ਨਾਲ ਆ ਇੱਕ ਕੁੜੀ ਨਵੀਂ ਆ ਰਜ਼ਾ ਹੀਰ ਹਾਂਜੀ ਜਲਦੀ ਮਿਲਦੇ ਥੈਂਕ ਯੂ